ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਪੰਜਾਬੀ ਅਖ਼ਬਾਰਾਂ ਦੇ ਨਾਲ ਸੰਬੰਧਿਤ ਇਸ ਸੱਤਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਤੋਂ ਪਹਿਲਾਂ ਪੰਜਾਬੀ ਅਖ਼ਬਾਰਾਂ ਦੇ ਨਾਲ ਸੰਬੰਧਿਤ 6 ਵੀਡੀਓਜ਼ ਅਪਲੋਡ ਕੀਤੀਆਂ ਜਾ ਚੁੱਕੀਆਂ ਨੇ ਜੇਕਰ ਤੁਸੀਂ ਚੈਨਲ ਦੇ ਨਾਲ ਨਵੇਂ ਆਏ ਹੋ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਉਹ ਵੀਡੀਓਜ਼ ਨੂੰ ਜ਼ਰੂਰ ਦੇਖੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਜੋ ਅਖ਼ਬਾਰ ਨੇ ਢੱਡਾ ਤੱਤਾ ਥੱਥਾ ਤੇ ਦੱਦਾ ਇਨਾ ਚਾਰ ਅੱਖਰਾਂ ਤੋਂ ਸ਼ੁਰੂ ਹੋਣ ਵਾਲੇ ਅਖਾਣਾਂ ਦੇ ਬਾਰੇ ਗੱਲ ਕਰਾਂਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਪਹਿਲਾ ਹੈ ਜੀ ਢੱਡਾ ਵਾਲੇ ਮੁਹਾਵ ਅਖਾਣ ਢਾਈ ਘਰ ਤਾਂ ਡੈਨ ਵੀ ਛੱਡ ਦਿੰਦੀ ਹੈ ਕਹਿੰਦੇ ਜਦੋਂ ਕੋਈ ਆਪਣਾ ਬੰਦਾ ਬੈਰੀ ਬਣ ਜਾਏ ਤੇ ਉਸ ਨੂੰ ਸ਼ਰਮਿੰਦਾ ਕਰਨ ਦੇ ਲਈ ਇਹ ਅਖਾਣ ਵਰਤਿਆ ਜਾਂਦਾ ਹੈ ਕਿ ਢਾਈ ਘਰ ਤਾਂ ਡੈਨ ਵੀ ਛੱਡ ਦਿੰਦੀ ਹੈ ਦੂਜਾ ਹੈ ਜੀ ਢਿੱਡ ਭਰਿਆ ਤੇ ਕੰਮ ਸਰਿਆ ਕਹਿੰਦੇ ਆਪਣਾ ਮਤਲਬ ਕੱਢ ਕੇ ਚਲੇ ਜਾਣਾ ਇਹਦੇ ਨਾਲ ਦਾ ਇੱਕ ਹੋਰ ਅਖਾਨ ਹੈ ਕੋਠਾ ਉਸਰਿਆ ਤਰਖਾਨ ਵਿਸਰਿਆ ਤੀਜਾ ਹੈ ਜੀ ਢਕੀ ਰਿੱਜੇ ਕੋਈ ਨਾ ਬੁੱਜੇ ਕਹਿੰਦੇ ਜਦੋਂ ਇਹ ਦੱਸਣਾ ਹੋਵੇ ਕਿ ਫਲਾਣੇ ਬੰਦੇ ਉੱਪਰੋਂ ਉੱਪਰੋਂ ਇਕੱਠੇ ਜੱਪਦੇ ਨੇ ਪਰ ਉਹ ਪਰਦੇ ਵਿੱਚ ਲੜਦੇ ਝਗੜਦੇ ਹਨ ਚੌਥਾ ਹੈ ਜੀ ਢੱਗੀ ਨਾ ਬੱਛੀ ਤੇ ਨੀਂਦ ਆਵੇ ਅੱਛੀ ਕਹਿੰਦੇ ਜਦੋਂ ਕਿਸੇ ਕੋਲ ਕੁਝ ਵੀ ਨਾ ਹੋਵੇ ਤਾਂ ਉਹ ਹੋ ਕੇ ਭਰੰਦੀ ਥਾਂ ਅਜਿਹੀ ਹਾਲਤ ਦੇ ਸੁੱਖ ਦੱਸਣ ਦੇ ਲਈ ਇਹ ਅਖਾਨ ਹੈ ਜੋ ਵਰਤਿਆ ਜਾਂਦਾ ਏਸੀ ਜੀ ਢੱਡਾ ਵਾਲਿਆ ਖਾਨ ਹੁਣ ਸ਼ੁਰੂ ਕਰਦੇ ਅੱਗੇ ਤੱਤਾ ਤਕਦੀਰ ਅੱਗੇ ਕਿਸੇ ਦੀ ਨਹੀਂ ਚੱਲਦੀ ਕਹਿੰਦੇ ਕੋਈ ਵੀ ਹਉਣੀ ਨੂੰ ਨਹੀਂ ਟਾਲ ਸਕਦਾ ਹਉਣੀ ਨੂੰ ਕੋਈ ਵੀ ਨਹੀਂ ਟਾਲ ਸਕਦਾ ਦੂਜਾ ਹੈ ਜੀ ਤਨ ਸੁਖੀ ਤਾਂ ਮਨ ਸੁਖੀ ਕਹਿੰਦੇ ਮਾਨਸਿਕ ਸੁੱਖ ਹੀ ਸਰੀਰ ਨੂੰ ਤੰਦਰੁਸਤ ਰੱਖ ਸਕਦਾ ਹੈ ਤੀਜਾ ਹੈ ਜੀ ਤਲਵਾਰ ਦਾ ਫੱਟ ਤਾਂ ਮਿਟ ਜਾਂਦਾ ਏ ਪਰ ਜ਼ੁਬਾਨ ਦਾ ਨਹੀਂ ਕਹਿੰਦੇ ਕਿਸੇ ਦੇ ਮੂੰਹੋਂ ਕਹੀ ਬੁਰੀ ਗੱਲ ਹਮੇਸ਼ਾ ਦੁੱਖ ਦਿੰਦੀ ਹੈ। ਚੌਥਾ ਜੀ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ। ਕਹਿੰਦੇ ਆਖਾਂ ਨੂੰ ਉਸ ਸਮੇ ਵਰਤਿਆ ਜਾਂਦਾ ਹੈ ਕਹਿੰਦੇ ਜਦੋਂ ਕੋਈ ਕਿਸੇ ਦੀ ਰਿਸੋ ਰਿੱਸੀ ਕੰਮ ਕਰੇ। ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ। ਪੰਜਵਾਂ ਜੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਲੜਾਈ ਝਗੜੇ ਲਈ ਹਮੇਸ਼ਾ ਦੋਹਾਂ ਧਿਰਾਂ ਦਾ ਹੀ ਕਸੂਰ ਹੁੰਦਾ ਹੈ। ਇਹ ਲੜਾਈ ਝਗੜਾ ਹੁੰਦਾ ਜਦੋਂ ਦੋਹੇ ਧਿਰਾਂ ਦਾ ਕਸੂਰ ਹੁੰਦਾ ਤਾਂ ਉਹਦੇ ਲਈ ਇਹ ਆਖਾਂ ਵਰਤਿਆ ਜਾਂਦਾ ਹੈ। ਛੇਵਾਂ ਹੈ ਜੀ 3 ਚ ਨਾ 13 ਚ ਕਹਿੰਦੇ ਜਦੋਂ ਕਿਸੇ ਦੀ ਕਿਸੇ ਪਾਸੇ ਵੀ ਕੋਈ ਪੁੱਛ ਪ੍ਰਤੀਤ ਨਾ ਹੋਵੇ ਸੱਤਵਾਂ ਹੈ ਜੀ ਤੀਜਾ ਰਲਿਆ ਕੰਮ ਗਲਿਆ ਇਹ ਵਹਿਮ ਨੂੰ ਦਰਸਾਉਣ ਦੇ ਲਈ ਵਰਤਿਆ ਜਾਂਦਾ ਹੈ ਅੱਠਵਾਂ ਜੀ ਤੂੰ ਮੇਰਾ ਮੁੰਡਾ ਖਿੜਾ ਮੈਂ ਤੇਰੀ ਖੀਰ ਖਾਨੀ ਆ ਕਹਿੰਦੇ ਜਦੋਂ ਕੋਈ ਕਿਸੇ ਕੋਲੋਂ ਕੰਮ ਲੈ ਕੇ ਚਲਾਕੀ ਨਾਲ ਉਸ ਦਾ ਨੁਕਸਾਨ ਅਗਲੇ ਤੋਂ ਕੰਮ ਵੀ ਕਰਵਾ ਲਿਆ ਜਾਵੇ ਤੇ ਚਲਾਕੀ ਦੇ ਨਾਲ ਉਹਦਾ ਨੁਕਸਾਨ ਵੀ ਕਰ ਦਿੱਤਾ ਜਾਵੇ ਨੋਮਾ ਹੈ ਜੀ ਤੂੰ ਕੌਣ ਮੈਂ ਖਮ ਖਾ ਕਹਿੰਦੇ ਜਦੋਂ ਕੋਈ ਕਿਸੇ ਦੇ ਮਸਲੇ ਵਿੱਚ ਬਿਨਾਂ ਇਜਾਜ਼ਤ ਬੋਲੇ ਅੱਗੇ ਜੀ ਦਸਵਾ ਤੂੰ ਪਾਈ ਤੇ ਮੈਂ 부ਜੀ ਕਾਣੀ ਅੱਖ ਨਾ ਰਹਿੰਦੀ ਗੁੱਜੀ ਕਹਿੰਦੇ ਜਦੋਂ ਕੋਈ ਚੁਲ ਚਲਾਕੀ ਭਰੀਆਂ ਗੱਲਾਂ ਕਰਦਾ ਹੋਵੇ ਤੇ ਉਸ ਨੂੰ ਦੱਸਣਾ ਹੋਵੇ ਕਿ ਅਸੀਂ ਤੇਰੀਆਂ ਚਲਾਕੀਆਂ ਸਮਝ ਗਏ ਆ ਤਾਂ ਇਹ ਅਖਾਂਨ ਵਰਤਿਆ ਜਾਂਦਾ ਤੂੰ ਪਾਈ ਤੇ ਮੈਂ 부ਜੀ ਕਾਣੀ ਅੱਖ ਨਾ ਰਹਿੰਦੀ ਗੁੱਜੀ 11ਵਾਂ ਹੈ ਜੀ ਤੇਲ ਦੇਖੋ ਤੇਲ ਦੀ ਧਾਰ ਦੇਖੋ ਹੌਸਲਾ ਨਾ ਹਾਰੋ ਕਾਲੇ ਨਾ ਪਵੋ ਵਕਤ ਆਉਣ ਤੇ ਸਭ ਕੁਝ ਠੀਕ ਹੋ ਜਾਵੇਗਾ 12ਵਾਂ ਹੈ ਜੀ ਤੇ ਜਦ ਪਿਆਸ ਲੱਗਣ ਤੇ ਖੂ ਨਹੀਂ ਪੁੱਟੀ ਦਾ ਹਰ ਚੀਜ਼ ਲਈ ਪਹਿਲਾਂ ਹੀ ਸਮੇਂ ਅਨੁਸਾਰ ਪ੍ਰਬੰਧ ਕਰਨ ਦੀ ਜ਼ਰੂਰਤ ਹੁੰਦੀ ਹੈ 13ਵਾਂ ਹੈ ਜੀ ਤੁਰਤ ਦਾਨ ਮਹਾ ਪੁੰਨ ਦਾਨ ਦੇਣ ਲੱਗਿਆਂ ਢਿੱਲ ਨਹੀਂ ਕਰਨੀ ਚਾਹੀਦੀ ਅੱਗੇ ਹੈ ਜੀ 14ਵਾਂ ਤੀ ਪੁੱਤ ਚਾਲੀ ਪੋਤਰੇ ਅਜੇ ਵੀ ਬਾਬਾ ਘਾ ਖੁੱਤਰੇ ਕਹਿੰਦੇ ਵੱਡੇ ਪਰਿਵਾਰ ਵਾਲਾ ਹੁਣ ਤੇ ਵੀ ਬਜ਼ੁਰਗ ਜਦੋਂ ਬੁਰੀ ਹਾਲਤ ਦੇ ਵਿੱਚ ਹੋਵੇ ਬੁਰੀ ਹਾਲਤ ਦੇ ਵਿੱਚ ਦਿਨ ਗੁਜ਼ਾਰੇ ਤਾਂ ਇਹ ਅਖਾਂਨ ਵਰਤਿਆ ਜਾਂਦਾ ਹੈ ਤੀ ਪੁੱਤ ਚਾਲੀ ਪੋਤਰੇ ਅਜੇ ਵੀ ਬਾਬਾ ਘਾ ਖੁੱਤਰੇ 15ਵੇਂ ਹੈ ਜੀ ਤਕਦੀਰ ਅੱਗੇ ਕਿ ਤਦਵੀਰ ਕਹਿੰਦੇ ਜਦ ਕਿਸਮਤ ਸਾਥ ਨਾ ਦੇਵੇ ਤਾਂ ਸਿਆਣਪ ਕੁਝ ਨਹੀਂ ਸਵਾਰ ਸਕਦੀ ਸਿਆਣਪ ਨਾਲ ਕੁਝ ਨਹੀਂ ਹੁੰਦਾ ਜੇ ਕਿਸਮਤ ਸਾਥ ਨਾ ਦੇਵੇ ਏਸੀ ਜੀ ਤੱਤਾ ਵਾਲੇ 15 ਖਾਨ ਹੁਣ ਥੱਥਾ ਵਾਲੇ ਖਾਨ ਸ਼ੁਰੂ ਕਰਦੇ ਆ ਇਸ ਤੋਂ ਬਾਅਦ ਕਰਾਂਗੇ ਦੱਦਾ ਵਾਲੇ ਥੁੱਕੀਂ ਬੜੇ ਨਹੀਂ ਪੱਕਦੇ ਖਰਚਾ ਅਤੇ ਖੇਚਲ ਕਿਤੇ ਬਿਨਾ ਕੋਈ ਕੰਮ ਨਹੀਂ ਹੁੰਦਾ ਦੂਜਾ ਹੈ ਜੀ ਥੋੜਾ ਖਾਣਾ ਸੁਖੀ ਰਹਿਣਾ ਸੰਜਮ ਨਾਲ ਕਿਤੀ ਕਮਾਈ ਹੀ ਸ਼ਾਂਤੀ ਦਿੰਦੀ ਆ ਜਾਂ ਦੂਜੀ ਤਰ੍ਹਾਂ ਕਹਿ ਸਕਦੇ ਆ ਕਿ ਜੇ ਆਪਾਂ ਸੰਜਮ ਦੇ ਨਾਲ ਖਾਵਾਂਗੇ ਘੱਟ ਖਾਵਾਂਗੇ ਤਾਂ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਆ ਤੀਜਾ ਹੈ ਜੀ ਥੋੜਾ ਜੁੱਸਾ ਕਰੋਧ ਵਧੀਕ ਕਹਿੰਦੇ ਮਾੜੇ ਆਦਮੀ ਨੂੰ ਗੁੱਸਾ ਬਹੁਤ ਆਉਂਦਾ ਹੈ ਮਾੜੇ ਆਦਮੀ ਨੂੰ ਗੁੱਸਾ ਬਹੁਤ ਆਉਂਦਾ ਹੈ ਚੌਥਾ ਹੈ ਜੀ ਥੋੜੀ ਪੂੰਜੀ ਖਸਮਾ ਖਾਏ ਲੋੜ ਤੋਂ ਘੱਟ ਪੈਸੇ ਲਾਇਆ ਕਾਰੋਬਾਰ ਵਿੱਚ ਘਾਟਾ ਹੀ ਪੈਂਦਾ ਹੈ ਥੋੜੀ ਪੂੰਜੀ ਖਸਮਾ ਖਾਏ ਏਸੀ ਜੀ ਥੱਥਾ ਵਾਲੇ ਹੁਣ ਸ਼ੁਰੂ ਕਰਦੇ ਆ ਅੱਗੇ ਜੀ ਦੱਦਾ ਵਾਲੇ ਅਖਾਨ ਦੱਦਾ ਵਾਲੇ ਤੁਹਾਨੂੰ 15 ਖਾਨ ਕਰਵਾਏ ਜਾਣਗੇ ਸ਼ੁਰੂ ਕਰਦੇ ਆ ਜੀ ਦੱਦਾ ਵਾਲੇ ਖਾਨ ਦਾਨੇ-ਦਾਨੇ ਤੇ ਲਿਖਿਆ ਹੈ ਖਾਨ ਵਾਲੇ ਦਾ ਨਾਮ ਕਹਿੰਦੇ ਜੋ ਕਰਮਾਂ ਵਿੱਚ ਹੁੰਦਾ ਹੈ ਉਹ ਜ਼ਰੂਰ ਮਿਲਦਾ ਹੈ ਨਸਿਬਾਂ ਦੀ ਹੈ ਜੋ ਉਸ ਨੂੰ ਕੋਈ ਨਹੀਂ ਟਾਲ ਸਕਦਾ ਦੂਜਾ ਹੈ ਜੀ ਦਾਲ ਵਿੱਚ ਕੁਝ ਕਾਲਾ ਹੈ ਕਹਿੰਦੇ ਜਦੋਂ ਕਿਸੇ ਮਾਮਲੇ ਵਿੱਚ ਕੋਈ ਗੜਬੜ ਲੱਗੇ ਕਿਸੇ ਮਾਮਲੇ ਦੇ ਵਿੱਚ ਕੋਈ ਗੜਬੜ ਪ੍ਰਤੀਤ ਹੋਵੇ ਤਾਂ ਉਸ ਸਮੇਂ ਇਹ ਖਾਨ ਵਰਤਿਆ ਜਾਂਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ ਤੀਜਾ ਹੈ ਜੀ ਦਿਲ ਹੋਵੇ ਚੰਗਾ ਕਟੋਰੇ ਵਿੱਚ ਗੰਗਾ ਕਹਿੰਦੇ ਸਾਫ਼ ਹਿਰਦੇ ਵਾਲੇ ਲਈ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਜਿਸ ਵਿਅਕਤੀ ਦਾ ਹਿਰਦਾ ਸਾਫ਼ ਹੈ ਉਹਦੇ ਇੱਥੇ ਹੀ ਤੀਰਥ ਨੇ ਉਹਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਚੌਥਾ ਹੈ ਜੀ ਦਿਲ دریا ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਕਿਸੇ ਦੇ ਦਿਲ ਦੀ ਥਾ ਪਾਉਣਾ ਔਖਾ ਕੰਮ ਹੁੰਦਾ ਹੈ ਪੰਜਵਾਂ ਹੈ ਜੀ ਦੀਵੇ ਥੱਲੇ ਹਨੇਰਾ ਜਦੋਂ ਕੋਈ ਕਿਸੇ ਦੇ ਸਾਹਮਣੇ ਹੀ ਬੇਈਮਾਨੀ ਕਰੇ ਤੇ ਉਸ ਨੂੰ ਪਤਾ ਨਾ ਲੱਗੇ ਜਦੋਂ ਕੋਈ ਕਿਸੇ ਦੇ ਸਾਹਮਣੇ ਹੀ ਬੇਈਮਾਨੀ ਕਰੇ ਤੇ ਅਗਲੇ ਨੂੰ ਪਤਾ ਵੀ ਨਾ ਲੱਗੇ ਉਸ ਨੂੰ ਕਹਿੰਦੇ ਨੇ ਦੀਵੇ ਥੱਲੇ ਹਨੇਰਾ ਛੇਵਾ ਹੈ ਜੀ ਅੱਗੇ ਦੁੱਧ ਤੇ ਬੁੱਧ ਫਿੱਟਦਿਆਂ देर ਨਹੀਂ ਲੱਗਦੀ ਕਹਿੰਦੇ ਦਿਮਾਗ ਦੇ ਬੁਰੇ ਪਾਸੇ ਲੱਗੇ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਟਾਈਮ ਆ ਜਿਹੜਾ ਦਿਮਾਗ ਆਪਣਾ ਪੁੱਠੇ ਪਾਸੇ ਲੱਗ ਗਿਆ ਸਤਵੇਂ ਜੀ ਦੋਹਾ ਘਰਾਂ ਦਾ ਪਰਾਉਣਾ ਭੁੱਖਾ ਕਹਿੰਦੇ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਪਾਰ ਨਹੀਂ ਪੁੱਜਦਾ ਅੱਠਵੇਂ ਜੀ ਦੇਖੋ ਦੇਖੀ ਸਾਧਿਆ ਜੋਗ ਛਿਜੀ ਕਾਇਆ ਵਧਿਆ ਰੋਗ ਦੇਖੋ ਦੇਖੀ ਸਾਧਿਆ ਜੋਗ ਛਿਜੀ ਕਾਇਆ ਵਧਿਆ ਰੋਗ ਜਦੋਂ ਕੋਈ ਕਿਸੇ ਦੂਜੇ ਦੀ ਰੀਸ ਦੇ ਵਿੱਚ ਔਖਾ ਕੰਮ ਸ਼ੁਰੂ ਕਰ ਲਵੇ ਤੇ ਬਾਦ ਦੇ ਵਿੱਚ ਉਸ ਨੂੰ ਪੂਰਾ ਨਾ ਕਰ ਸਕੇ ਜਾਂ ਨਿਵਾ ਨਾ ਸਕੇ ਸਗੋਂ ਨੁਕਸਾਨ ਹੀ ਕਰਾਵੇ ਦੇਖੋ ਦੇਖੀ ਸਾਧਿਆ ਜੋਗ ਛਿਜੀ ਕਾਇਆ ਵਿਧਿਆ ਰੋਗ ਨੋਵਾ ਹੈ ਜੀ ਦੇਸੀ ਟੱਟੂ ਖੁਰਾਸਾਨੀ ਦੁਲੱਤੇ ਵਿਦੇਸ਼ੀਆਂ ਦੀ ਨਕਲ ਕਰਨਾ ਜੋ ਅਟੁਕ ਵੀ ਪ੍ਰਤੀਤ ਹੋਵੇ ਠੀਕ ਹੈ ਜੀ ਉਹਦੇ ਲਈ ਇਹ ਅਖਾਂ ਵਰਤਿਆ ਜਾਂਦਾ ਹੈ ਦੇਸੀ ਟੱਟੂ ਖੁਰਾਸਾਨੀ ਦੁਲੱਤੇ ਵਿਦੇਸ਼ੀਆਂ ਦੀ ਨਕਲ ਕਰਨਾ ਜੋ ਅਟੁਕ ਵੀ ਪ੍ਰਤੀਤ ਹੋਵੇ ਅੱਗਿਆ ਜੀ 10 ਵਾਰ ਦੂਰ ਦੇ ਢੋਲ ਸੁਹਾਵਨੇ ਕਹਿੰਦੇ ਇਹਦੇ ਸ਼ਬਦ ਕੀ ਕਰਦੇ ਨੇ ਵੀ ਜੇ ਦੂਰ ਢੋਲ ਵੱਜਦੇ ਨੇ ਤਾਂ ਆਪਾਂ ਨੂੰ ਬਹੁਤ ਵਧੀਆ ਲੱਗਦਾ ਪਰੰਤੂ ਜੇ ਉਹ ਹੀ ਢੋਲ ਨੇੜੇ ਆ ਕੇ ਆਪਣੇ ਕੰਨਾਂ ਦੇ ਕੋਲੇ ਵੱਜੇ ਤਾਂ ਆਪਾਂ ਨੂੰ ਬੁਰਾ ਲੱਗਦਾ ਇਹਦੇ ਸ਼ਬਦ ਕੀ ਕਰਦੇ ਨੇ ਭਾਵ ਅਰਥ ਹੈ ਜੀ ਇਹ ਕਿ ਕਿ ਕੋਈ ਚੀਜ਼ ਦੂਰੋਂ ਵਧੀਆ ਲਗਣੀ ਤੇ ਨੇੜੇ ਆਉਣ ਤੇ ਮਾੜੀ ਜਾਂ ਬੁਰੀ ਲਗਣੀ ਇਹਦਾ ਮਤਲਬ ਹੈ ਜੀ ਦੂਰ ਦੇ ਢੋਲ ਸੁਹਾਵਨੇ ਅੱਗੇ ਹੈ ਜੀ 11ਵਾਂ ਦੁੱਧ ਵਾਲੀ ਗਾਂ ਦੀ ਲੱਤ ਵੀ ਸੈਣੀ ਪੈਂਦੀ ਹੈ ਦੁੱਧ ਵਾਲੀ ਗਾਂ ਦੀ ਲੱਤ ਵੀ ਸੈਣੀ ਪੈਂਦੀ ਹੈ ਕਿ ਕਮਾਈ ਕਰਨ ਵਾਲੇ ਦੀਆਂ ਮਾੜੀਆਂ ਵੀ ਸੈਨੀਆਂ ਪੈਂਦੀਆਂ ਹਨ ਜਿਹੜਾ ਬੰਦਾ ਕਮਾਈ ਕਰਦਾ ਹੈ ਉਹਦਾ ਸਾਰਾ ਕੁਝ ਦੂਜਿਆਂ ਨੂੰ ਸੈਨਾ ਪੈਂਦਾ 12ਵਾਂ ਹੈ ਜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿਸੇ ਮਾਮਲੇ ਦੇ ਵਿੱਚ ਇਨਸਾਫ ਕਰਨ ਜਾਂ ਹੋਣ ਦੇ ਉੱਪਰ ਇਹ ਅਖਾਨ ਵਰਤਿਆ ਜਾਂਦਾ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ 13ਵਾਂ ਹੈ ਜੀ ਦੁੱਧ ਦਾ ਸੜਿਆ ਲੱਸੀ ਵੀ ਫੂਕ-ਫੂਕ ਕੇ ਪਿੰਦਾ ਹੈ ਦੁੱਧ ਦਾ ਸੜਿਆ ਲੱਸੀ ਵੀ ਫੂਕ-ਫੂਕ ਕੇ ਪਿੰਦਾ ਹੈ ਕਹਿੰਦੇ ਇੱਕ ਵਾਰ ਨੁਕਸਾਨ ਹੋਣ ਤੋਂ ਬਾਅਦ ਬੰਦਾ ਕੰਮ ਧਿਆਨ ਦੇ ਨਾਲ ਕਰਦਾ ਜੇ ਇੱਕ ਵਾਰੀ ਕਿਸੇ ਬੰਦੇ ਦਾ ਨੁਕਸਾਨ ਹੋ ਜਾਏ ਤਾਂ ਦੂਜੀ ਵਾਰੀ ਜੇ ਉਹ ਕੰਮ ਕਰੂਗਾ ਤਾਂ ਬਹੁਤ ਹੀ ਧਿਆਨ ਦੇ ਨਾਲ ਕਰੂਗਾ ਇਹਨੂੰ ਕਹਿੰਦੇ ਨੇ ਦੁੱਧ ਦਾ ਸੜਿਆ ਲੱਸੀ ਵੀ ਫੂਕ-ਫੂਕ ਕੇ ਪੀਣਾ 14ਵਾਂ ਹੈ ਜੀ ਦਾਨਾ ਦੁਸ਼ਮਨ ਮੂਰਖ ਸੱਜਣ ਨਾਲੋਂ ਚੰਗਾ ਦਾਨਾ ਦੁਸ਼ਮਨ ਮੂਰਖ ਸੱਜਣ ਦੇ ਨਾਲੋਂ ਚੰਗਾ ਕਹਿੰਦੇ ਮੂਰਖ ਮਿੱਤਰ ਦੇ ਨਾਲੋਂ ਸਿਆਣਾ ਦੁਸ਼ਮਣ ਚੰਗਾ ਹੁੰਦਾ ਹੈ ਮੂਰਖ ਮਿੱਤਰ ਦੇ ਨਾਲੋਂ ਸਿਆਣਾ ਦੁਸ਼ਮਣ ਚੰਗਾ ਹੁੰਦਾ ਹੈ 15ਵਾਂ ਹੈ ਜੀ ਦਾਨ ਵਿੱਤ ਸਮਾਨ ਦਾਨ ਵਿੱਤ ਸਮਾਨ ਕਹਿੰਦੇ ਦਾਨਪੁੰਨ ਆਪਣੀ ਔਕਾਤ ਦੇ ਅਨੁਸਾਰ ਹੀ ਕਰਨਾ ਚਾਹੀਦਾ ਹੈ ਦਾਨਪੁੰਨ ਆਪਣੀ ਔਕਾਤ ਦੇ ਅਨੁਸਾਰ ਹੀ ਕਰਨਾ ਚਾਹੀਦਾ اے سی ਪਿਆਰੇ ਵਿਦਿਆਰਥੀਓ ਅੱਜ ਦੀ ਵੀਡੀਓ ਦੇ ਵਿੱਚ ਆਖਾਂ ਅਗਲੀ ਵੀਡੀਓ ਦੇ ਵਿੱਚ ਹੋਰ ਆਖਾਂ ਲੈ ਕੇ ਆਵਾਂਗੇ ਇਸ ਤੋਂ ਬਾਅਦ ਵਾਲੇ ਆਖਾਂ ਨੇ ਜੋ ਹਰ ਤਰ੍ਹਾਂ ਦੀ ਪੰਜਾਬੀ ਕੁਆਲੀਫਾਈਇੰਗ ਨੇਚਰ ਦੀ ਤਿਆਰੀ ਮਾਸਟਰ ਕਾਡਰ ਪੰਜਾਬੀ ਯੂਜੀਸੀ ਐਨਟੀਈ ਨੈਟ ਮਾਸਟਰ ਕਾਡਰ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਹਰਿਆਣਾ ਟੀਚਰ ਐਲੀਜੀਬਿਲਿਟੀ ਟੈਸਟ ਲੈਵਲ 2 ਟੀਜੀਟੀ ਪੰਜਾਬੀ ਲੈਵਲ 3 ਪੀਜੀਟੀ ਪੰਜਾਬੀ ਅਤੇ ਹਰ ਇਮਤਿਹਾਨਾਂ ਦੇ ਵਿੱਚ ਪੰਜਾਬੀ ਵਿਸ਼ੇ ਦੀ ਤਿਆਰੀ ਦੇ ਲਈ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ